ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਤੁਹਾਡਾ ਆਪਣੇ ਚੈਨਲ MSW Study for Job ਦੇ ਵਿੱਚ। ਤੁਸੀਂ ਦੇਖ ਰਹੇ ਹੋ MSW Study for Job। ਅੱਜ ਅਸੀਂ ਤੁਹਾਡੇ ਲਈ ਪਹਿਲਾਂ ਦੀ ਤਰ੍ਹਾਂ ਜਿਹੜਾ ਸਾਈਕੋ ਦਾ ਮਨੋਵਿਗਿਆਨ, ਜਿਸ ਨੂੰ ਆਪਾਂ ਕਹਿ ਦਿੰਦੇ ਹਾਂ ਪੰਜਾਬੀ ਦੇ ਵਿੱਚ, PSTET ਚਾਹੇ 1 ਹੋਵੇ ਚਾਹੇ PSTET 2 ਹੋਵੇ, ਉਸ ਦੇ ਲਈ ਇੱਕ ਵਾਧਾ ਅਤੇ ਵਿਕਾਸ ਦਾ ਜਿਹੜਾ ਮਹੱਤਵਪੂਰਨ ਟੋਪਿਕ ਹੈਗਾ, ਉਸ ਨਾਲ ਸੰਬੰਧਿਤ ਜਿਹੜੇ MCQ ਲੈ ਕੇ ਆਏ। ਉਸ ਤੋਂ ਪਹਿਲਾਂ ਇੱਕ ਲੈਸਨ ਇਸ ਦਾ ਬਣ ਚੁੱਕਿਆ ਵਾਧਾ ਅਤੇ ਵਿਕਾਸ ਦਾ, ਅੱਜ ਦੂਸਰਾ ਪਾਰਟ ਤੁਹਾਡੇ ਅੱਗੇ ਰੱਖਿਆ ਜਾ ਰਿਹਾ, ਜਿਸਦੇ ਵਿੱਚ ਤੁਸੀਂ ਦੇਖ ਸਕਦੇ ਹੋ। ਸਭ ਤੋਂ ਪਹਿਲਾਂ ਇੱਕ ਕੁਐਸਚਨ ਹੈਗਾ ਤੁਹਾਡੇ ਕੋਲ, ਸ਼ਿਸ਼ੂ ਅਵਸਥਾ ਕਾਲ ਹੈ, ਜਨਮ ਤੋਂ 4 ਸਾਲ, ਜਨਮ ਤੋਂ 5 ਸਾਲ, ਜਨਮ ਤੋਂ 7 ਸਾਲ, ਉਪਰੋਕਤ ਵਿੱਚੋਂ ਕੋਈ ਨਹੀਂ। ਹਾਂਜੀ, ਕਰੈਕਟ ਆਂਸਰ ਇਹਦਾ ਕੀ ਹੋ ਸਕਦਾ, ਤੁਸੀਂ ਦੇਖ ਸਕਦੇ ਹੋ ਜਨਮ ਤੋਂ 7 ਸਾਲ ਜਿਹੜਾ ਇਹਦਾ ਸਹੀ ਆਂਸਰ। ਨੈਕਸਟ ਗੱਲ ਕਰ ਲੈਂਦੇ, ਹੇਠ ਲਿਖਿਆਂ ਵਿੱਚੋਂ ਕਿਹੜੇ ਕਾਰਕਾਂ ਉੱਤੇ ਮਾਨਵ ਵਿਵਹਾਰ ਦਾ ਵਿਕਾਸ ਨਿਰਭਰ ਹੁੰਦਾ ਹੈ? ਕਿਹੜਾ ਕਾਰਕ ਹੈ ਜੀ? ਵਾਧਾ ਵਿਕਾਸ, ਪਰਿਪੱਕਤਾ, ਉਪਰੋਕਤ, ਸਾਰੇ। ਹਾਂਜੀ, ਇਹਦਾ ਜਿਹੜਾ ਆਂਸਰ ਹੈ 4 ਨੰਬਰ, ਉਪਰੋਕਤ ਸਾਰੇ। ਨੈਕਸਟ, ਬੱਚੇ ਦੀ ਸਿੱਖਿਆ ਦੀ ਪਹਿਲੀ ਪੌੜੀ ਹੈ ਕੀ ਹੈ? ਪੂਰਵ ਪ੍ਰਾਥਮਿਕ ਸਿੱਖਿਆ, ਪ੍ਰਾਥਮਿਕ ਸਿੱਖਿਆ, ਮਾਧਿਅਮਿਕ ਸਿੱਖਿਆ, ਉੱਚ ਸਿੱਖਿਆ? ਹਾਂਜੀ, ਆਂਸਰ ਨੰਬਰ ਹੈ ਪੂਰਵ ਪ੍ਰਾਥਮਿਕ ਸਿੱਖਿਆ, ਜਿਹੜਾ ਬੱਚੇ ਦੀ ਪਹਿਲੀ ਪੌੜੀ ਹੈ। ਨੈਕਸਟ, ਇਹ ਵਾਧਾ ਅਤੇ ਵਿਕਾਸ ਦਾ ਜਿਹੜਾ ਟੋਪਿਕ ਹੈ, ਗਰੋਥ ਐਂਡ ਡਿਵੈਲਪਮੈਂਟ, ਉਸ ਨਾਲ ਹੀ ਜਿਹੜਾ ਸੰਬੰਧਿਤ ਹੈਗੇ ਸਾਰੇ ਪ੍ਰਸ਼ਨ। ਪੂਰਵ ਪ੍ਰਾਥਮਿਕ ਸਿੱਖਿਆ ਦਾ ਮੂਲ ਤੱਤ ਹੈ ਸੁਤੰਤਰਤਾ, ਅਨੁਸ਼ਾਸਨ, ਵਿਅਕਤੀਗਤ ਵਿਕਾਸ, ਗਲਤੀ ਨਿਯੰਤਰਣ ਦਾ ਰਚਨਾਤਮਕ ਵਿਕਾਸ। ਹਾਂਜੀ, ਆਂਸਰ ਕੀ ਹੋ ਸਕਦਾ, ਥੋੜ੍ਹਾ ਜਿਹਾ ਗੌਰ ਕਰੋ, ਬਹੁਤ ਹੀ ਆਸਾਨ ਜਿਹਾ ਆਂਸਰ ਹੈਗਾ ਇਹਦਾ। ਹਾਂਜੀ, ਆਂਸਰ ਨੰਬਰ 1 ਸੁਤੰਤਰਤਾ। ਨੈਕਸਟ, ਵਾਧੇ ਅਤੇ ਵਿਕਾਸ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ ਹੇਠ ਲਿਖਿਆਂ ਵਿੱਚੋਂ ਕਿਹੜੇ ਹਨ? ਵੈਰੀ ਵੈਰੀ ਇੰਪੋਰਟੈਂਟ ਸੀ, IMP ਜਿਹੜਾ ਇਹ ਕੁਐਸਚਨ ਹੈਗਾ, ਦੇਖ ਸਕਦੇ ਤੁਸੀਂ ਕਿਹੜੇ ਨੇ ਉਹ, ਬੁੱਧੀ, ਭੋਜਨ, ਲਿੰਗ ਅੰਤਰ, ਉਪਰੋਕਤ ਸਾਰੇ ਹੀ। ਆਂਸਰ ਨੰਬਰ ਹੈ ਜੀ ਇਹਦਾ 4, ਉਪਰੋਕਤ ਸਾਰੇ। ਬੁੱਧੀ ਵੀ ਜਿਹੜੀ ਵਾਧੇ ਵਿਕਾਸ ਨੂੰ ਪ੍ਰਭਾਵਿਤ ਕਰਦੀ ਹੈ। ਦੇਖੋ, ਜਿੰਨੀ ਹੀ ਕਿਸੇ ਬੱਚੇ ਦੀ ਇੰਟੈਲੀਜੈਂਸੀ ਹੈਗੀ ਹੈ, ਉਸ ਦੇ ਮੁਤਾਬਕ ਉਹਦਾ ਵਿਕਾਸ ਵੱਧ ਹੁੰਦਾ ਹੈ, ਉਸ ਦਾ ਵਾਧਾ ਵੱਧ ਹੈ, ਠੀਕ ਹੈ। ਲਿੰਗ ਅੰਤਰ ਦਾ ਮਤਲਬ ਦੇਖੋ, ਚਾਹੇ ਉਹ ਵਾਧਾ ਅਤੇ ਵਿਕਾਸ ਦਾ ਮਤਲਬ ਇਹੀ ਹੈ ਵੀ ਜਿਹੜਾ ਕੁੜੀਆਂ ਦੇ ਵਿੱਚ ਹੈ ਉਹ ਵਾਧਾ ਥੋੜ੍ਹਾ ਜਿਹਾ ਜਲਦੀ ਹੁੰਦਾ, ਘੱਟ ਏਜ ਦੇ ਵਿੱਚ ਹੁੰਦਾ ਜਿਹੜਾ ਵਿਕਾਸ, ਠੀਕ ਹੈ, ਅਤੇ ਮੁੰਡਿਆਂ ਦੇ ਵਿੱਚ ਥੋੜ੍ਹਾ ਜਿਹਾ ਬਾਅਦ ਦੇ ਵਿੱਚ ਹੁੰਦਾ। ਇਸ ਤਰ੍ਹਾਂ ਜਿਹੜਾ ਭੋਜਨ, ਕਿਉਂਕਿ ਭੋਜਨ ਤੋਂ ਬਿਨਾਂ ਤਾਂ ਵਾਧਾ ਅਤੇ ਵਿਕਾਸ ਹੋ ਹੀ ਨਹੀਂ ਸਕਦਾ, ਠੀਕ ਹੈ ਜੀ। ਇਹਦਾ ਜਿਹੜਾ ਆਂਸਰ ਹੈ ਉਪਰੋਕਤ ਸਾਰੇ ਹੀ ਆਂਸਰ ਹੋਏਗਾ। ਨੈਕਸਟ, ਵਿਕਾਸ ਦਾ ਵਿਸ਼ਾ ਕਿਸ ਦੇ ਖੇਤਰ ਵਿੱਚ ਆਉਂਦਾ ਹੈ? ਵਿਕਾਸਾਤਮਕ ਖੇਤਰ ਵਿੱਚ, ਸਮਾਜਿਕ ਖੇਤਰ ਵਿੱਚ, ਸਰੀਰਕ ਵਿਕਾਸ ਖੇਤਰ ਵਿੱਚ, ਸਾਰਿਆਂ ਵਿੱਚ ਹੀ? ਹਾਂਜੀ, ਆਂਸਰ ਹੈਗਾ ਇਹਦਾ 2, ਸਮਾਜਿਕ ਖੇਤਰ ਵਿੱਚ। ਨੈਕਸਟ, ਬਾਲਕ ਨੂੰ ਆਨੰਦਦਾਇਕ ਸਰਲ ਕਹਾਣੀਆਂ ਦੁਆਰਾ ਨੈਤਿਕ ਸਿੱਖਿਆ ਦੇਣੀ ਚਾਹੀਦੀ ਹੈ, ਇਹ ਕਥਨ ਹੈ? ਸਟਰੋਂਗ ਦਾ, ਪਿਆਜੇ ਦਾ, ਬਰੂਨਰ ਦਾ, ਕੋਲਨਿਕਸ ਦਾ, ਕੋਲੇ ਸੈਨਿਕ ਦਾ, ਇਹ ਕਿਸ ਦਾ ਹੋ ਸਕਦਾ ਜੀ? ਹਾਂਜੀ, ਆਂਸਰ ਨੰਬਰ ਹੈ 4, ਕੋਲੇ ਸੈਨਿਕ ਦਾ। ਨੈਕਸਟ, ਬੱਚਾ ਆਪਣਾ ਨਾਮ ਪਹਿਚਾਣਦਾ ਹੈ ਪਹਿਲੇ 5 ਮਹੀਨਿਆਂ ਵਿੱਚ, ਵੈਰੀ ਵੈਰੀ ਇੰਪੋਰਟੈਂਟ ਹੈ ਵੀ 7ਵੇਂ ਮਹੀਨੇ ਵਿੱਚ, ਦੂਸਰੇ ਮਹੀਨੇ ਵਿੱਚ, 8ਵੇਂ ਮਹੀਨੇ ਵਿੱਚ, ਤਾਂ ਜਿਹੜਾ ਬੱਚਾ ਆਪਣਾ ਨਾਮ ਪਹਿਚਾਣਦਾ ਹੈ ਤਾਂ ਉਹਦਾ ਆਂਸਰ ਹੈਗਾ ਨੰਬਰ 4, 8ਵੇਂ ਮਹੀਨੇ ਦੇ ਵਿੱਚ ਜਿਹੜਾ ਬੱਚਾ ਆਪਣਾ ਨਾਮ ਪਹਿਚਾਣਨ ਲੱਗ ਪੈਂਦਾ, ਕਿਉਂਕਿ ਜਦੋਂ ਉਹਨੂੰ ਆਪਾਂ ਉਸਦਾ ਨਾਮ ਲੈ ਕੇ ਬੁਲਾਉਂਦੇ ਹਾਂ, ਚਾਹੇ ਉਸਦਾ ਨਾਮ ਕੁਝ ਵੀ ਰੱਖਿਆ ਹੈ, ਤਾਂ ਉਹ ਉਸ ਆਵਾਜ਼ ਨੂੰ ਦੇਖ ਕੇ ਬੋਲਣਾ ਜਾਂ ਆਪਣੀ ਅਟਰੈਕਟਿਵ, ਆਪਣੀ ਕਿਰਿਆ ਨੂੰ, ਆਪਣੀ ਐਕਟੀਵਿਟੀ ਨੂੰ ਕਰਦਾ ਹੈ। ਨੈਕਸਟ, ਬੱਚੇ ਦਾ ਮਨ ਹੀ ਅਧਿਆਪਕ ਦੀ ਪਾਠ ਪੁਸਤਕ ਹੈ, ਕਿਹਾ ਹੈ, ਕਿਸ ਨੇ ਕਿਹਾ ਹੈ? ਫਰਾਇਡ ਨੇ,
रॉस ने, रूसू ने, मन ने, तो जो आंसर है यदा रूसू। वेरी वेरी इंपोर्टेंट, रूसू दी बहुत सारी जो परिभाषा पूछ ली जाए। नेक्स्ट, पूर्व काल अवस्था का समा है 2 तो 6 साल, 5 तो 7 साल, 10 तो 12 साल, 4 तो 5 साल। हाँ जी, यदा जो आंसर है 1 नंबर, क्योंकि पूर्व नाल पहला होंगे। ठीक है, तो उत्तर बाल अवस्था जो समा हो 5 तो 7 होगा, जो पूर्व बाल अवस्था का समा होगा वह होगा 2 तो 6, तो आंसर है 2 तो 6। नेक्स्ट, विकास का अर्थ है तुलनात्मक तो गुणात्मक विकास, शरीरक अंगा का विकास, बुद्धि का विकास, उपरोक्त सारे। विकास का की अर्थ है, यदा आंसर हो गया उपरोक्त सारे, क्योंकि विकास के सारे का ही विकास देखा जाता है, क्योंकि विकास एक व्यापक शब्द है, क्योंकि जो वाधे की गल करिए जेकर आप वाधा विकास के ही आ जाता है, तो इसलिए विकास एक व्यापक शब्द है, इसलिए सारे ही जोड़े विकास के आ जाएंगे। नैक्सट, 3 तो 4 साल तक की उम्र के बच्चे का भार कि होंगे सॉरी 38 तो 40 पाउंड, 20 तो 25 पाउंड, 30 तो 38 पाउंड, 23 तो 30 पाउंड। सही आंसर है जी 38 तो 40 पाउंड, जोड़ा 3 तो 4 साल के बच्चे का भार होंगे। नैक्सट, सीखण का अर्थ है संचार, भाषा ते साहित, तंग सोच ते विवहार, समाजिक हालत या नवीनीकरण। वेरी वेरी जिहड़ा इंपोर्टेंट ये क्वेश्चन है, भी बनता एक लुभावना या जिहड़ा क्वेश्चन है, इस दे विच तुसीं देख सकते हो आंसर की हो सकता है। सीखण का अर्थ है, सीखण का की अर्थ है जी, संचार, भाषा ते साहित, बिल्कुल राइट आंसर है पहले नंबर का। ठीक है जी, संचार, भाषा ते साहित। नैक्सट, सीखण नूं प्रभावित करना करन वाले, इत्थे थोड़ी मिस्टेक है, सीखण नूं प्रभावित करन वाले तत् हन किहड़े है जी, परिपक्कता, तत्परता, प्रेरणा। नंबर 1 ते, नंबर 2 ते मीडिया, समाज, दोस्ताना संबंध, तो इहदा जिहड़ा आंसर है नंबर 1 ही आएगा, परिपक्कता, तत्परता ते प्रेरणा। नैक्सट, व्यक्ति अते समाज के भले के खेत्र विच रुचि रखने वाले मनोविज्ञानक, अध्यापक, माता पिता ते समाज कार्यकर्ता भी बाल विकास के अध्ययन महत्व देने लगते हैं, ये कथन सारा जिहड़ा किसदा है, गैट्स का, क्रो एंड क्रो का, पील का, एंड ड्रोंक का, तो जिहड़ा ये कथन हैगा तुसीं देख सकते हो नंबर 1 गैट्स। नैक्सट, बाल अध्ययन की लोड़ है बच्चे नूं आत्म निर्भर बनाने लई, बच्चे नूं पढ़ाउण लई, सर्वपक्षी विकास लई, जां संबंध कायम करने लई, तां इहदा जिहड़ा आंसर हैगा तुसीं देख सकदे हो नंबर 2 जिहड़ा आपां पहलां देखिआ, बच्चे नूं पढ़ाउण लई। ठीक है, तां बाल अध्ययन की लोड़ किस करके है, तो बच्चे नूं पढ़ाउण लई। ठीक है जी, नैक्सट गल कर लैने, प्रोड़ता अते सिखणा हन की है जी, प्रोड़ता अते सिखणा की हन, वाधा है, शख्सियत है, विकास है, ज्ञान है, तो 3 नंबर है शख्सियत। उस विकास का की सवाह है, सीमित है, लगातार है, परिपक्वता कोई नहीं। वेरी वेरी इंपोर्टेंट है, बिल्कुल आसान जा क्वेश्चन है। ठीक है जी, की है आंसर, यदा आएगा 2 लगातार, क्यों जो विकास वो लगातार होंगे, जन्म तो लेके मरण तक जो विकास चलता रहता, तो यदा जो आंसर सही है लगातार। नैक्सट, समाजीकरण अजिही प्रक्रिया है जिस तो बच्चे अते बड़े सीखते हैं, परिवार, स्कूल, ग्रुप, उपरोक्त सारी, तो समाजीकरण की आ रहा है, इन्होंने परिवार आ रहा है, स्कूल आ रहा है, ग्रुप आ रहा है, उपरोक्त सारी, तो जोड़ा आंसर है उपरोक्त सारी, तो 45 का जो आंसर आएगा
उपरोक्त सारे। नेक्स्ट गल कर लें, प्रोड़ता ते सीखना किस दी उत्पत्ति है? वाधे की, शख्सियत की, विकास की, ज्ञान की? नंबर दो यदा आंसर होगा विकास की, क्योंकि जे विकास होगा फिर ही प्रोड़ता होएगी, फिर ही सीखना होगा। नेक्स्ट, हेठ लिखियां विचों किहड़ा गुंझलदार सकलन है? सकलन है, सकलन में रचना किहड़ी भी गुंझलदार रचना इन्हां दे विच कही जा सकती है? वाधा है, विकास है, प्रोड़ता है, प्रोड़ता सारे। इहदा आंसर गया टू, क्योंकि विकास नूं समझना बहुत ही मुश्किल है, क्योंकि विकास दे विच प्रोड़ता, वाधा, हर एक जिहड़ा पार्ट, विकास, शख्सियत, ज्ञान, सारा कुछ विकास के अंडर ही आ जाता है। तो इसी करके जिहड़ा सब तो जिहड़ा गुंझलदार जिहड़ी रचना हैगी है, सकलन हैगा है, वह की है? वह विकास है। इसलिए जिहड़ा करैक्ट आंसर होएगा वह है विकास, डिवेलपमेंट। नैक्सट, कि विधि बाल अध्ययन के लिए सब तो उत्तम है? प्रयोगात्मक, निरीक्षण विधि, व्यक्तिगत अध्ययन विधि, गलबात विधि? तो आंसर नंबर गया तीन, व्यक्तिगत अध्ययन विधि जिहड़ी बाल अध्ययन के लिए सब तो उत्तम है। हाँ जी, नैक्सट, रॉस के अनुसार विकास की अवस्था नहीं है शिशु काल, पूर्व काल, पूर्व बाल काल, कह सकते बाल अवस्था भी कह सकते, काल भी कह सकते, नव जमया बच्चा, या उत्तर बाल अवस्था? इन्हों विचों कि अवस्था जी सॉरी रॉस ने नहीं दी? तो वो है नंबर चार, उत्तर बाल अवस्था बारे जी रॉस ने कोई गल नहीं की। नैक्सट, विकास होंदा है सधारण तो विशेष वल, विशेष तो सधारण वल, सधारण अते विशेष दोवां वल बराबर जां उपरोक्त कहे कोई नहीं? हाँ जी, आंसर हो सकता है इधर थोड़ा ही हिंट लाओ, तो आंसर नंबर दो, विशेष तो सधारण वल जिहड़ा विकास होंदा है जी। नैक्सट, सॉरी, की है वाधा अते विकास दे अंतर संबंधित दे सिद्धांत विच की आवेगा? वाधा अते विकास दे अंतर संबंधित सिद्धांत दे विच की आवेगा? तुसीं देख सकते हो वाधा अते विकास सारे बच्चों विच अंतर संबंधित हुंदा है, विकास संपूर्ण रूप तो हुंदा है, ते बच्चे दे शरीरक, मानसिक, समाजिक, संवेगात्मक आदि सारे पक्ष आपसी ते अंतर संबंधित हुंदे हन। सारे बच्चों के विकास में समानता होंगी है, जो उपरोक्त सारे। देखो क्वेश्चन की कह रहा है, सिर्फ यही पूछ रहे हैं भी जरा वाधा के विकास के आपस में की संबंध है। ठीक है जी, करैक्ट आंसर की तो की हो सकता, जो करैक्ट आंसर है हाँ जी नंबर टू, विकास पूर्ण रूप तो होंदा है, बच्चे दे शरीरक, मानसिक, समाजिक, संवेगात्मक आदि सारे पक्ष आपसी अंतर संबंध है। देखो जेकर शरीरक, बच्चा शरीरक तौर पर ठीक नहीं है तो उसका मानसिक विकास नहीं होगा। ठीक है, जेकर वो मानसिक तौर पर सही नहीं है तो उसका शरीरक विकास कभी नहीं होगा। ये सारे आपस में की अंतर संबंधित होंगे है। ठीक है जी, तो इसीलिए जोड़ा ये करैक्ट आंसर हैगा जोड़ा वाधे के विकास का अपनी आपसी जो अंतर संबंध की होंगे। नैक्सट, सीखण के प्रकार हैं ज्ञानात्मक अधिगम, अधिगम मतलब सीखना, हिंदी का एक यह शब्द हैगा अधिगम। ठीक है, तो इस दे कोई डाउट नहीं है, कोई कन्फ्यूजन वाली गल नहीं। तो अधिगम मतलब होता सीखना, तो ज्ञानात्मक सीखना कह सकते हैं या ज्ञानात्मक अधिगम कह सकते हैं। तो ज्ञानात्मक अधिगम, गामिक अधिगम, संवेदनात्मक अधिगम, जो उपरोक्त सारे। तो यदा आंसर हो सकता सीखण के प्रकार हैं, आंसर नंबर वन, ज्ञानात्मक अधिगम। ठीक है जी, नैक्सट, सीखने लिए विशेष समग्री का स्वरूप होना चाहिए है, आसान, मुश्किल, आसान तो मुश्किल, मुश्किल तो आसान, की होना चाहिए आसान तो मुश्किल? नैक्सट, सीखने तो बिना संभव नहीं है वाधा, उत्तेजना, अभिवृद्धि, अभिवृद्धि जां एक ते दो दो में आंसर की हो सकता जी? नंबर चार, वाधा ते अभिवृद्धि
ਅਭਿਵ੍ਰਿਧੀ ਜਿਹੜੇ ਅਭਿਵ੍ਰਿਧੀ ਸੋਰੀ ਅਭਿਵ੍ਰਿਧੀ ਦੋਵੋਂ ਹੀ ਜਿਹੜਾ ਇਹਦੇ ਵਿੱਚ ਆਂਸਰ ਆਏਗਾ, ਸਿੱਖਣ ਤੋਂ ਬਿਨਾਂ ਇਹ ਸੰਭਵ ਨਹੀਂ ਹੋ ਸਕਦੀ। ਨੈਕਸਟ, ਬਾਲਕ ਦੇ ਵਿਕਾਸ ਨੂੰ ਜੋ ਘਟਕ ਪ੍ਰੇਰਿਤ ਨਹੀਂ ਕਰਦਾ ਉਹ ਹੈ ਵੰਸ਼ਾਨੁਕ੍ਰਮ, ਵਾਤਾਵਰਣ, ਦੋਵਾਂ ਵਿੱਚੋਂ ਕੋਈ ਨਹੀਂ। ਦੇਖੋ ਇਹ ਨਹੀਂ ਹੋ ਸਕਦਾ, ਤਾਂ ਆਂਸਰ ਇਹਦਾ ਕਰੈਕਟ ਹੈਗਾ। ਇੱਕ ਮਿੰਟ ਦੁਬਾਰਾ ਰਿਪੀਟ ਕਰਦੇ ਹਾਂ, ਸੋਰੀ। ਬਾਲਕ ਦੇ ਵਿਕਾਸ ਨੂੰ ਜੋ ਘਟਕ ਪ੍ਰੇਰਿਤ ਨਹੀਂ ਕਰਦਾ ਉਹ ਹੈ ਵੰਸ਼ਾਨੁਕ੍ਰਮ ਕਰਦਾ ਹੈ, ਵਾਤਾਵਰਣ ਵੀ ਕਰਦਾ ਹੈ, ਦੋਵੋਂ ਤਾਂ ਕਰਨੇ ਹੀ ਕਰਨਗੇ, ਤਾਂ ਇਹਦਾ ਜਿਹੜਾ ਆਂਸਰ ਹੈ ਉਹ ਹੈ ਦੋਵਾਂ ਵਿੱਚੋਂ ਕੋਈ ਨਹੀਂ। ਇਹ ਜਿਹੜਾ ਇਹਦਾ ਆਂਸਰ ਹੈਗਾ ਕਰੈਕਟ ਹੋਏਗਾ, ਕਿਉਂਕਿ ਆਪਾਂ ਇਹ ਨਹੀਂ ਕਹਿ ਸਕਦੇ ਕਿ ਵੰਸ਼ਾਨੁਕ੍ਰਮ ਜਾਂ ਵਾਤਾਵਰਣ ਬਾਲਕ ਦੇ ਜਿਹੜੇ ਵਿਕਾਸ ਨੂੰ ਪ੍ਰਭਾਵਿਤ ਕਰਨ ਵਾਲੇ ਘਟਕ ਨਹੀਂ ਹੈ। ਠੀਕ ਹੈ, ਤਾਂ ਇਹ ਹੈਗੇ ਨੇ, ਤਾਂ ਇਸ ਲਈ ਇਹਨਾਂ ਨੂੰ ਇਹ ਨਹੀਂ ਕਹਿ ਸਕਦਾ ਵੀ ਇਹ ਨਹੀਂ ਹੈਗੇ, ਤਾਂ ਇਹਦਾ ਜਿਹੜਾ ਆਂਸਰ ਹੈਗਾ ਨੰਬਰ 4 ਹੋਏਗਾ। ਠੀਕ ਹੈ ਜੀ, ਉਸ ਤੋਂ ਬਾਅਦ ਬਾਲਕ ਨੂੰ ਖੱਬੇ ਸੱਜੇ ਦਾ ਗਿਆਨ ਹੋ ਜਾਂਦਾ ਹੈ 6 ਸਾਲ ਦੀ ਉਮਰ ਵਿੱਚ, 3 ਸਾਲ ਦੀ ਉਮਰ ਵਿੱਚ, 4 ਸਾਲ ਦੀ ਉਮਰ ਵਿੱਚ, 18 ਸਾਲ ਦੀ ਵਿੱਚ। ਤੁਸੀਂ ਥੋੜ੍ਹਾ ਜਿਹਾ ਸੋਚੋ, ਥੋੜ੍ਹਾ ਜਿਹਾ ਵੀ ਤੁਸੀਂ ਸਕੂਲ ਦੇ ਵਿੱਚ ਜਾਂਦੇ ਸੀ, ਜਦੋਂ ਤੁਸੀਂ ਪ੍ਰਾਇਮਰੀ ਲੈਵਲ 'ਤੇ ਆਪਣੀ ਸਟੱਡੀ ਕਰਦੇ ਸੀ, ਤਾਂ ਉਸ ਟਾਈਮ ਤੁਸੀਂ ਜਦੋਂ ਸਕੂਲ ਦੇ ਵਿੱਚੋਂ ਆਪਣਾ ਬੈਗ ਬਸਤਾ ਲੈ ਕੇ ਤੁਸੀਂ ਸੜਕ 'ਤੇ ਤੁਰਦੇ ਸੀ, ਤਾਂ ਤੁਹਾਨੂੰ ਉਸ ਟਾਈਮ ਕਿੰਨਾ ਗਿਆਨ ਹੁੰਦਾ ਸੀ? ਤੁਸੀਂ ਦੇਖੋ ਸੈਕੋ ਦੀ ਸਮਝ ਕੀ ਹੈ, ਸੈਕੋ ਨੂੰ ਆਪਣੇ ਜੀਵਨ ਨਾਲ, ਜਿਹੜੀ ਆਪਣੇ ਜਨਮ ਤੋਂ ਲੈ ਕੇ ਆਪਣੀ ਜਿਹੜੀ ਲਾਈਫ ਜਿਹੜੀ ਚੱਲ ਰਹੀ ਹੈ ਕਰੰਟ, ਉਸ ਨਾਲ ਜੁੜ ਕੇ ਤੁਸੀਂ ਦੇਖੋ ਤਾਂ ਜਿਹੜੀ ਸੈਕੋ ਤੁਹਾਡੇ ਸਮਝ ਆਏਗੀ, ਮਨੋਵਿਗਿਆਨ ਫਿਰ ਹੀ ਸਮਝ ਆਏਗੀ। ਤੁਸੀਂ ਹੁਣ ਇੱਕ ਵਾਰ ਇਹ ਸੋਚੋ ਕਿ ਜਦੋਂ ਤੁਸੀਂ 6 ਸਾਲ ਦੀ ਉਮਰ ਵਿੱਚ ਜਾਂ 3 ਸਾਲ ਦੀ ਉਮਰ ਵਿੱਚ ਜਾਂ 4 ਸਾਲ ਦੀ ਉਮਰ ਵਿੱਚ ਸਕੂਲ ਦੇ ਵਿੱਚ ਪੜ੍ਹਦੇ, ਸੜਕ ਦੇ ਉੱਤੇ ਤੁਰਦੇ ਸੀ, ਤਾਂ ਤੁਸੀਂ ਕਿਹੜੀ ਸਾਈਡ 'ਤੇ ਚੱਲਦੇ ਸੀ? ਕੀ ਤੁਹਾਨੂੰ ਖੱਬੇ ਸੱਜੇ ਜਾਣ ਦਾ ਜਿਹੜਾ ਗਿਆਨ ਹੈ ਸੀ ਜਾਂ ਨਹੀਂ ਸੀ? ਉਸ ਦੇ ਮੁਤਾਬਕ ਜਾਂ ਅੱਜ ਕੱਲ੍ਹ ਦੇ ਉਸ ਉਮਰ ਦੇ ਬੱਚਿਆਂ ਨੂੰ ਦੇਖੋ ਕਿ ਉਹ ਸੱਜੇ ਖੱਬੇ ਜਾ ਚੱਲ ਰਹੇ ਆ, ਉਹਨਾਂ ਨੂੰ ਪੁੱਛੋ ਥੋੜ੍ਹਾ ਜਿਹਾ, ਉਹਨਾਂ ਦੀ ਇੰਟਰਵਿਊ ਲਓ, ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਜਿਹੜਾ ਕਿਸ ਸਾਲ ਦੀ ਜਿਹੜੀ ਉਮਰ ਦੇ ਵਿੱਚ ਬੱਚੇ ਨੂੰ ਖੱਬੇ ਸੱਜੇ ਚੱਲਣ ਦਾ ਜਿਹੜਾ ਗਿਆਨ ਆ ਜਾਂਦਾ ਹੈ। ਹਾਂਜੀ, ਇਹਦਾ ਰਾਈਟ ਆਂਸਰ ਹੈਗਾ ਜਿਹੜਾ, ਤੁਸੀਂ ਦੇਖ ਸਕਦੇ ਹੋ। 3 ਨੰਬਰ, 4 ਸਾਲ ਦੀ ਉਮਰ ਵਿੱਚ ਜਿਹੜਾ ਬੱਚੇ ਨੂੰ ਜਿਹੜਾ ਸੱਜੇ ਖੱਬੇ ਚੱਲਣ ਦੀ ਜਾਂਚ ਆ ਜਾਂਦੀ ਹੈ। ਨੈਕਸਟ, ਬੱਚੇ ਦਾ ਮਨ ਹੀ ਅਧਿਆਪਕ ਦੀ ਪਾਠ ਪੁਸਤਕ ਹੈ, ਕਿਹਾ ਹੈ, ਕਿਸਨੇ ਕਿਹਾ ਜੀ? ਸੋਰੀ, ਦੁਬਾਰਾ ਰਿਪੀਟ ਹੋ ਗਿਆ ਕੁਐਸਚਨ, ਨੈਕਸਟ ਗੱਲ ਕਰ ਲੈਂਦੇ, ਇਹ ਪਹਿਲੇ ਹੋ ਚੁੱਕੇ। ਹਾਂਜੀ, ਹੇਠ ਲਿਖਿਆਂ ਵਿੱਚੋਂ ਬਾਲ ਅਵਸਥਾ ਦੀਆਂ ਮੁੱਖ ਸਮੱਸਿਆਵਾਂ ਹਨ, ਸਰੀਰਕ ਵਿਕਾਸ ਦੀਆਂ ਸਮੱਸਿਆਵਾਂ, ਸਮਾਜਵਾਦ ਦੀਆਂ ਸਮੱਸਿਆਵਾਂ, ਕਾਮ ਅਤੇ ਸੰਵੇਗਾਤਮਕ ਸਮੱਸਿਆਵਾਂ, ਉਪਰੋਕਤ ਸਾਰੀ। ਜਿਹੜਾ ਆਂਸਰ ਹੈਗਾ ਬੜਾ ਆਸਾਨ ਹੈ, ਉਪਰੋਕਤ ਸਾਰੀ। ਨੈਕਸਟ, ਵਾਧਾ ਅਤੇ ਵਿਕਾਸ ਹੈ, ਇੱਕ ਦੂਜੇ ਦੇ ਵਿਰੋਧੀ, ਇੱਕ ਦੂਜੇ ਦੇ ਸਮਾਨ, ਇੱਕ ਦੂਜੇ ਦੇ ਪੂਰਕ, ਉਪਰੋਕਤ 'ਚ ਕੋਈ ਨਹੀਂ। ਜਿਹੜਾ ਆਂਸਰ ਹੈਗਾ ਨੰਬਰ 3, ਇੱਕ ਦੂਜੇ ਦੇ ਪੂਰਕ। ਨੈਕਸਟ, ਕਿਸ ਦੇ ਅਨੁਸਾਰ ਬੱਚੇ ਦਾ ਦਿਮਾਗ ਕੋਰਾ ਕਾਗਜ਼ ਹੁੰਦਾ ਹੈ ਜੋ ਚਾਹੇ ਲਿਖ ਸਕਦਾ ਹੈ? ਵੈਰੀ ਵੈਰੀ ਇੰਪੋਰਟੈਂਟ ਜਿਹੜਾ ਇਹ ਪਰਿਭਾਸ਼ਾ ਦਿੱਤੀ ਗਈ ਹੈ, ਕਾਂਤ ਨੇ, ਪਲੈਟੋ ਨੇ, ਬਾਰਸਨ ਨੇ, ਮਨ ਨੇ। ਹਾਂਜੀ, ਆਂਸਰ ਹੈਗਾ 1 ਨੰਬਰ, ਕਾਂਤ। ਨੈਕਸਟ, ਬਾਲ ਵਿਕਾਸ ਕਿਸ ਦਾ ਅਧਿਐਨ ਹੈ? ਬੱਚਿਆਂ ਦੇ ਵਿਵਹਾਰ ਦਾ, ਵਿਕਾਸ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ ਦਾ, ਬੱਚਿਆਂ ਦੇ ਵਿਕਾਸ ਦੇ ਵੱਖ ਵੱਖ ਖੇਤਰ ਦਾ, ਜਾਂ ਉਪਰੋਕਤ ਸਾਰੀ। ਨੰਬਰ 4, ਉਪਰੋਕਤ ਸਾਰੀ। ਨੈਕਸਟ, 1 ਸਾਲ ਦਾ ਬੱਚਾ ਕਿੰਨੇ ਸ਼ਬਦ ਬੋਲ ਲੈਂਦਾ ਹੈ? 4 ਤੋਂ 5 ਸ਼ਬਦ, 20 ਸ਼ਬਦ, 10 ਸ਼ਬਦ, ਸ਼ਬਦ ਜਿਹੜੇ, ਜਾਂ 30 ਸ਼ਬਦ। ਇਹਦਾ ਆਂਸਰ ਹੈਗਾ 4 ਤੋਂ 5 ਸ਼ਬਦ 1 ਸਾਲ ਦਾ ਬੱਚਾ। ਸੋਰੀ, ਹਾਂਜੀ, ਇਹਦਾ ਆਂਸਰ ਰਾਈਟ ਇਹੀ ਹੈ, ਤਾਂ 4 ਤੋਂ 5 ਸ਼ਬਦ 1 ਸਾਲ ਦਾ ਬੱਚਾ ਬੋਲ ਲੈਂਦਾ ਹੈ। ਉਸ ਤੋਂ ਨੈਕਸਟ, ਅਧਿਆਪਕ ਲਈ ਮਨੋਵਿਗਿਆਨ, ਸਿੱਖਿਆ ਮਨੋਵਿਗਿਆਨ ਜ਼ਰੂਰੀ ਹੈ,
ਕਿਉਂ ਜ਼ਰੂਰੀ ਹੈ ਸਿੱਖਿਆ ਮਨੋਵਿਗਿਆਨ ਜੋ ਅਧਿਆਪਕ ਦੇ ਲਈ। ਅੰਦਰੂਨੀ ਸ਼ਕਤੀ ਦਾ ਗਿਆਨ ਹੋਵੇ, ਅਗਵਾਈ ਦਾ ਗਿਆਨ ਲਈ, ਜਾਂ ਅਚੇਤ ਮਨ ਦੇ ਗਿਆਨ ਲਈ, ਜਾਂ ਉਪਰੋਕਤ ਸਾਰੇ, ਤਾਂ ਇਹਦਾ ਆਂਸਰ ਹੋਏਗਾ ਉਪਰੋਕਤ ਸਾਰੇ। ਨੈਕਸਟ, ਹੇਠ ਲਿਖਿਆਂ ਵਿੱਚੋਂ ਕਿਹੜਾ ਤੱਤ ਹੈ ਵੰਸ਼, ਹੇਠ ਲਿਖਿਆਂ ਵਿੱਚੋਂ ਕਿਹੜਾ ਤੱਤ ਹੈ ਵੰਸ਼ ਵਾਤਾਵਰਣ ਦੋਵੋਂ ਹੀ ਕੋਈ ਤੱਤ ਕਾਰਕ ਕਿਹੜੇ ਨੇ, ਤਾਂ ਵੰਸ਼ ਅਤੇ ਵਾਤਾਵਰਣ ਦੋਵੋਂ ਹੀ ਆਂਸਰ ਹੋਏਗਾ ਇਹਦਾ ਨੰਬਰ 3। ਨੈਕਸਟ, ਮਨੋਵਿਗਿਆਨ ਹੈ ਕੀ, ਇਹ ਸਮਾਜਿਕ ਵਿਗਿਆਨ ਹੈ, ਵਿਦਿਆਇਕ ਵਿਗਿਆਨ ਹੈ, ਸ਼ੁੱਧ ਵਿਗਿਆਨ ਹੈ, ਜਾਂ ਪ੍ਰਕਿਰਤਿਕ ਵਿਗਿਆਨ ਹੈ। ਆਂਸਰ ਨੰਬਰ ਹੈ ਜੀ 2, ਵਿਦਿਆਇਕ ਵਿਗਿਆਨ। ਨੈਕਸਟ, ਵਿਕਾਸ ਦੇ ਸੰਬੰਧ ਵਿੱਚ ਨਿਮਨ ਵਿੱਚੋਂ ਕੀ ਸੰਬੰਧਿਤ ਹੈ, ਸੰਬੰਧਿਤ ਨਹੀਂ ਹੈ, ਯੋਗਤਾ ਵਿੱਚ ਵਾਧਾ, ਵਿਵਹਾਰ ਵਿੱਚ ਵਾਧਾ, ਸਵਾਦ ਅਤੇ ਦ੍ਰਿਸ਼ਟੀਕੋਣ ਵਿੱਚ ਵਾਧਾ, ਆਕਾਰ ਵਿੱਚ ਪਰਿਵਰਤਨ। ਜਿਹੜਾ ਕਰੈਕਟ ਆਂਸਰ ਹੈ ਦੇਖ ਸਕਦੇ ਹੋ ਨੰਬਰ 3, ਸਵਾਦ ਅਤੇ ਦ੍ਰਿਸ਼ਟੀਕੋਣ ਵਿੱਚ ਪਰਿਵਰਤਨ। ਨੈਕਸਟ, ਮਨੋਵਿਗਿਆਨ ਵਰਤਮਾਨ ਸਮੇਂ ਹੈ, ਵਿਵਹਾਰ ਦਾ ਵਿਗਿਆਨ, ਮਨ ਦਾ ਵਿਗਿਆਨ, ਆਤਮਾ ਦਾ ਵਿਗਿਆਨ, ਜਾਂ ਚੇਤਨਾ ਦਾ ਵਿਗਿਆਨ, ਤਾਂ ਜਿਹੜਾ ਮਨੋਵਿਗਿਆਨ ਵਰਤਮਾਨ ਸਮੇਂ ਉਹ ਵਿਵਹਾਰ ਦਾ ਵਿਗਿਆਨ, ਵੈਰੀ ਵੈਰੀ ਇੰਪੋਰਟੈਂਟ ਹੈਗਾ। ਆਸ ਹੈ ਕਿ ਤੁਹਾਨੂੰ ਇਹ ਵੀਡੀਓ ਬਹੁਤ ਵਧੀਆ ਲੱਗੀ ਹੋਈ। ਨੈਕਸਟ ਇਨਫੋਰਮੇਸ਼ਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਇਸ ਤਰ੍ਹਾਂ ਦਾ ਜਿਹੜਾ ਅਸੀਂ ਜਿਹੜਾ ਲੈਸਨ ਤੁਹਾਡੇ ਲਈ ਅੱਗੇ ਉਸ ਤੋਂ ਲੈ ਕੇ ਆਵਾਂਗੇ, ਜਿਹੜਾ ਸਿੱਖਣਾ, ਸਿੱਖਣ ਦੇ ਸਿਧਾਂਤ ਅਤੇ ਸਿੱਖਣ ਦੇ ਵਿਕਾਰ, ਉਸ ਬਾਰੇ ਜਿਹੜੀ ਗੱਲ ਨੈਕਸਟ ਲੈਸਨ ਦੇ ਵਿੱਚ ਕੀਤੀ ਜਾਵੇਗੀ। ਥੈਂਕ ਯੂ ਸੋ ਮੱਚ ਜੀ।